ਕੈਂਪ ਹੈ ਤਾਂ ਇੱਕ ਮਾਂਗੜ ਲੱਗਿਆ ਸੀਗਾ, ਮਹਾਂਪੁਰਸ਼ ਨੇ ਲਵਾਇਆ ਸੀਗਾ। ਹਾਂਜੀ ਹਾਂਜੀ ਹਾਂਜੀ। ਤੇ ਤੁਹਾਡਾ ਇਹ ਪਹਿਲਾ ਬੈਚ ਹੈ, ਤੁਹਾਡੇ ਬਾਕੀ ਬਿਹਨ ਅੱਜ ਆ ਰਹੇ ਨੇ, ਠੀਕ ਹੈ? ਠੀਕ ਹੈ। ਸਾਰਿਆਂ ਦੇ ਅੱਛੇ ਪੇਸ਼ੇ ਹੋਏ ਹੈਗੇ, ਲੈਣ ਵਾਲੇ ਪੇਸ਼ੇ ਕੀਤੇ ਗਏ ਨੇ। ਤੋ ਸਭ ਤੋਂ ਪਹਿਲਾਂ ਆਪਾਂ ਕੋਈ ਮਾਲਾ ਸ਼ੁਕਰਾਨਾ ਕਰੀਏ, ਦੂਜਾ ਆਪਾਂ ਧੰਨਵਾਦ ਕਰੀਏ ਮਹਾਂਪੁਰਸ਼ਾਂ ਦਾ, ਅਤੇ ਨਾਲ ਜਿਹਨੇ ਵੀ ਕੈਂਪ ਦੇ ਸੰਬੰਧਿਤ ਸੇਵਾ ਜੋੜੇ ਹੋਏ ਉਹਨਾਂ ਦਾ ਵੀ ਨਾਲ ਕਰਨਾ ਚਾਹੁੰਦਾ। ਮੈਂ ਇੱਕ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ, ਤੁਹਾਡੇ ਰਾਜੀ ਸਮੁੱਚੇ ਸੰਸਾਰ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਆਪਾਂ ਕਈ ਵਾਰ ਕੈਂਪ ਲਾਉਂਦੇ ਪਿੰਡਾਂ 'ਚ ਜਾ ਕੇ, ਉੱਥੇ ਨਾ ਅੱਜ ਦੇ ਸਮੇਂ ਸ਼ੂਗਰ ਬਹੁਤ ਵੱਧ ਰਹੀ ਹੈ ਸਮਾਜ ਦੇ ਵਿੱਚ। ਤੁਹਾਡੇ ਕਿੰਨੇ ਸਾਰੇ ਪੇਸ਼ੈਂਟ ਸੀਗੇ ਜਿਹਨਾਂ ਦੀ ਸ਼ੂਗਰ ਸੀਗੀ, ਬਹੁਤ ਵਧੀ ਹੋਈ ਸ਼ੂਗਰ ਸਾਡੇ ਕੋਲ ਦੁਬਾਰਾ ਦਿਖਾਉਣ ਪਿਆ ਹੈ। ਸੋ ਸਮੁੱਚੇ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ, ਜਿਵੇਂ ਹੁਣ ਕੋਰੋਨਾ ਹੋ ਗਿਆ ਡਿਆ ਪਿੱਛੇ, ਸ਼ੂਗਰ ਬਹੁਤ ਵਧੀ ਹੋਈ ਹੈ ਅਤੇ ਲੋਕਾਂ ਦੀ ਅੱਖਾਂ 'ਤੇ ਬਹੁਤ ਬੁਰਾ ਹਾਲ ਪਾਇਆ ਹੋਇਆ। ਤੁਸੀਂ ਸਾਡਾ ਇੱਕ ਸੁਨੇਹਾ ਦੇਣਾ ਆ ਜਾਵੇ, ਕੀ ਸੁਨੇਹਾ ਦੇਣਾ? ਜਿਹੜੇ ਸ਼ੂਗਰ ਵਾਲੇ ਪੇਸ਼ੈਂਟ ਹੈ ਨਾ, ਉਹਨਾਂ ਨੂੰ ਸਾਲ 'ਚ ਇੱਕ ਵਾਰ ਆਪਣੇ ਅੱਖਾਂ ਦੇ ਪਰਦਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਅੱਖਾਂ ਦੇ ਪਰਦਿਆਂ 'ਤੇ ਮਾੜਾ ਅਸਰ ਕਰ ਦਿੰਦੀ ਹੈ। ਜਿਹੜੇ ਭੋਲੇਪਨ 'ਚ ਪੇਸ਼ੈਂਟ ਜਿਹੜੇ ਹੈਗੇ ਦਿਖਾਉਣ ਨਹੀਂ ਜਾਂਦੇ, ਇੱਕ ਗੱਲ ਇਹ। ਦੂਸਰਾ, ਜੇਕਰ ਹੋਵੇ ਵੀ ਰੈਗੂਲਰ ਚੈੱਕਅਪ ਕਰਾਈਏ ਅਤੇ ਨਾਲ ਆਪਾਂ ਸਰੀਰ ਨੂੰ ਤੰਦਰੁਸਤ ਰੱਖੀਏ, ਸਾਡਾ ਖੂਨ ਜਿਹੜਾ ਹੈਗਾ ਬਾਰਾਂ ਵੱਧ ਰਹੇ, ਅਤੇ ਇੱਕ 3 ਮਹੀਨੇ ਦਾ ਸ਼ੂਗਰ ਲੈਵਲ ਹੁੰਦਾ ਆ, ਉਹ ਜ਼ਰੂਰ ਜਾਂਚ ਕਰਵਾਈਏ ਆਪਾਂ। ਇਹ ਸੁਨੇਹਾ ਦੇਣਾ ਸੀ। ਲੈਬੋਰਟਰੀ 'ਚ ਟੈਸਟ ਹੁੰਦਾ ਹੈ, ਜੇ 3 ਮਹੀਨੇ ਕਿੱਦਾਂ ਸਾਡੇ ਸ਼ੂਗਰ ਰਹੀ ਹੈ ਖੂਨ ਦੇ ਵਿੱਚ ਉਹ ਪਤਾ ਲੱਗ ਜਾਂਦਾ, ਸਪੈਸ਼ਲ ਟੈਸਟ ਹੁੰਦਾ। ਰੋਜ਼ ਰੋਜ਼ ਵਾਲਾ ਨਹੀਂ ਜਿਹੜਾ ਭੁੱਖੇ ਪੇਟ ਕਰਦੇ ਹਾਂ ਜਾਂ ਖਾਣਾ ਖਾਣ ਤੋਂ ਬਾਅਦ ਕਰਦੇ, ਉਹ ਤਾਂ ਕਰਨਾ ਹੀ, ਲੇਕਿਨ 3 ਮਹੀਨੇ ਵਾਲਾ ਸਾਲ 'ਚ ਇੱਕ ਵਾਰ ਉਹਨੂੰ ਜ਼ਰੂਰ ਕਰਨਾ ਚਾਹੀਦਾ। ਅਤੇ ਕੋਲੈਸਟ੍ਰੋਲ ਜਿਹੜੇ ਹੈਗੇ ਖੂਨ 'ਚ ਨਾ ਚਰਬੀ ਦਾ ਜ਼ਿਆਦਾ ਹੋ ਜਾਣਾ, ਸਾਡੇ ਪੰਜਾਬੀ ਦੀ ਖੁਰਾਕ ਇੱਦਾਂ ਦੀ ਹੈਗੀ ਹੈ ਵੀ ਆਪਾਂ ਸਾਡੀ ਖੁਰਾਕ 'ਚ ਚਰਬੀ ਜ਼ਿਆਦਾ ਹੈਗੀ ਹੈ, ਘਿਓ ਜ਼ਿਆਦਾ ਆ, ਹੰਦਿਆਈ ਜ਼ਿਆਦਾ ਆ, ਅਤੇ ਖੂਨ 'ਚ ਵੀ ਚਲੇ ਜਾਂਦੀ ਹੈ, ਉਹਦੇ ਬੁਰੇ ਅਸਰ ਹੁੰਦੇ ਨੇ। ਸੋ ਇਹ ਸੁਨੇਹਾ ਜੋ ਦਿਓ ਆਪਣੇ ਆਂਢ ਗੁਆਂਢ 'ਚ, ਤੋਂ ਹਰ ਚੌਥੇ ਘਰ ਦੇ ਵਿੱਚ ਕਿਸੇ ਨਾ ਕਿਸੇ ਸ਼ੂਗਰ ਹੈਗੇ ਆ। ਸੋ ਕੈਂਪਾਂ ਦੇ ਵੀ ਸਾਡਾ ਇਹੀ ਹੁੰਦਾ ਕਿ ਆਪਾਂ ਸਮਾਜ ਨੂੰ ਜਾਗਰਤੀ ਪੈਦਾ ਕਰੀਏ, ਜਿੱਥੇ ਆਪਾਂ ਅੱਖਾਂ ਦੀ ਸੰਭਾਲ ਕਰਨੀ ਆ, ਅਤੇ ਨਾਲ ਆਪਾਂ ਜਿਹੜੀ ਅਲਾਮਤਾਂ ਆ ਜਾਂਦੀਆਂ ਜਿੱਥੋਂ ਬਚਿਆ ਜਾ ਸਕਦਾ ਹੈ ਉਹ ਧਿਆਨ ਰੱਖਣਾ, ਅਤੇ ਵਰਜਿਸ਼ ਵੀ ਕਰਨੀ ਚਾਹੀਦੀ ਆ, ਜੀ ਵਰਜਿਸ਼ ਵੀ ਘੱਟ ਗਈ ਆ। ਸੋ ਇਹ ਸਾਡਾ ਸੁਨੇਹਾ ਜੋ ਦਿਓ। ਸਾਡੇ ਹੋਸਪਿਟਲ ਦੇ ਵਿੱਚ ਸ਼ੂਗਰ ਦੇ ਕਾਰਨ ਜਿਹੜੇ ਅੱਖਾਂ 'ਤੇ ਮਾੜੇ ਅਸਰ ਹੁੰਦੇ ਉਹਦਾ ਵਧੀਆ ਪ੍ਰਬੰਧ ਹੈ, ਜਿਹਦੇ 'ਚ ਆਪਾਂ ਸਾਡੇ ਕੋਲ ਪਰਦੇ ਦੇ ਮਾਹਰ ਡਾਕਟਰ ਨੇ, ਮੈਂ ਖੁਦ ਵੀ ਧਿਆਨ ਕਰਦਾ ਪੂਰਾ, ਵੱਡੀਆਂ ਮਸ਼ੀਨਾਂ ਨੇ ਜਿਹਦੇ ਨਾਲ ਆਪਾਂ ਜਾਂਚ ਕਰਦੇ ਹਾਂ, ਜਿਹੜੇ ਪਰਦਿਆਂ ਦੀ ਫੋਟੋ ਖਿੱਚ ਹੋ ਜਾਂਦੀ ਹੈ, ਐਂਜੀਓਗ੍ਰਾਫੀ ਹੁੰਦੀ ਹੈ ਉਹ ਕਰਦੇ ਹਾਂ, ਓਸੀ ਟੈਸਟ ਹੁੰਦਾ ਹੈਗਾ ਜਿਹਦੇ ਨਾਲ ਸੋਜੀ ਪਾ ਜਾ ਜਾਂਦੀ ਹੈ ਸ਼ੂਗਰ ਕਰਕੇ, ਫਿਰ ਸਕੈਨ ਹੁੰਦੇ ਨੇ, ਫਿਰ ਜੇ ਪਿੱਛੇ ਖੂਨ ਉਤਰਿਆ ਤਾਂ ਸ਼ੂਗਰ ਪੇਸ਼ੈਂਟ ਨੂੰ ਜਿਹੜੀ ਸੋਜ ਆ ਜਾਂਦੀ ਹੈ, ਨਿਗ੍ਹਾ ਘੱਟ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਨਿਗ੍ਹਾ ਘੱਟ ਜੂਗੀ ਜਾਂ ਨੁਕਸਾਨ ਹੋ ਜੂਗਾ, ਪਹਿਲੀਆਂ ਸਟੇਜਾਂ 'ਤੇ ਹੋ ਜਾਂਦਾ ਠੀਕ, ਜੋ ਸਟੇਜਾਂ ਵੱਧ ਜਾਂਦੀਆਂ ਨੇ ਫਿਰ ਇੰਨਾ ਨੁਕਸਾਨ ਹੋ ਜਾਂਦਾ, ਸਦੀਵੀ ਦ੍ਰਿਸ਼ਟੀਹੀਨਤਾ ਹੋ ਜਾਂਦੀ ਹੈ ਸਦਾ ਵਾਸਤੇ। ਸੋ ਤੁਹਾਡੇ ਤਾਂ ਚਿੱਟੇ ਮੋਤੀਆਂ ਪੇਸ਼ੈਂਟ ਹੋ ਗਏ, ਤੁਸੀਂ ਤਾਂ ਹੈਪੀ ਹੋ, ਖੁਸ਼ ਹੋ ਗਏ, ਲੇਕਿਨ ਜਿਹੜੇ ਮਾਦੜ ਜਿਹੜੇ ਹੈਗੇ ਆ ਜਿਹਨਾਂ ਨਾਲ ਸ਼ੂਗਰ ਵੀ ਹੈ ਉਹਨਾਂ ਨੂੰ ਇੰਨੀ ਸਫਲਤਾ ਨਹੀਂ ਮਿਲਦੀ। ਸੋ ਮੇਰਾ ਸੁਨੇਹਾ ਆ, ਸਾਡਾ ਇੱਕ ਮਿਸ਼ਨ ਜੋ ਹੈ ਹਨੇਰੇ ਚਾਨਣ ਵੱਲ, ਜਿਹਦੇ 'ਚ ਆਪਾਂ ਵਾਰ ਵਾਰ ਸਮਾਜ ਨੂੰ ਜਾਣ ਬੇਨਤੀਆਂ ਕਰਦੇ ਹਾਂ, ਭਾਈ ਸਿਹਤ ਚੰਗੀ ਰੱਖੋ, ਚੰਗੇ ਵਿਚਾਰ ਬਣਾਓ, ਇੱਕ ਦੂਜੇ ਕੰਮ ਆਓ। ਸੋ ਜੇ ਸ਼ੂਗਰ ਦੇ ਕੋਈ ਪੇਸ਼ੈਂਟ ਹੈਗਾ ਆ ਸਾਡੇ ਹੋਸਪਿਟਲ, ਪੂਰੀ ਸਹੂਲਤ ਹੈਗੀ ਹੈ, ਜਿਹਦੇ 'ਚ ਬਹੁਤ ਵਿਸਤਾਰ ਨਾਲ ਆਪਾਂ ਵਰਲਡ ਲੈਵਲ ਚੈੱਕਅਪ ਕਰਦੇ ਹਾਂ ਅਤੇ ਵਰਲਡ ਲੈਵਲ ਟ੍ਰੀਟਮੈਂਟ ਕਰਦੇ ਹਾਂ। ਜੇ ਕਿਸੇ ਨੂੰ ਲੋੜ ਹੋਵੇ ਵੀ ਸ਼ੂਗਰ ਦੀ ਅਲਾਮਤਾਂ ਵੱਧ ਜਾਂਦੀਆਂ ਅੱਖਾਂ ਦੇ ਉੱਤੇ, ਤਾਂ ਫਿਰ ਕਈ ਵਾਰ ਅੱਖਾਂ ਦੀ ਲੇਜ਼ਰ ਸਰਜਰੀ ਹੁੰਦੀ ਆ, ਉਹ ਵੀ ਆਪਾਂ ਕਰਦੇ ਹਾਂ। ਕਈ ਵਾਰ ਅੱਖ 'ਚ ਦਵਾਈ ਲੱਗਦੀ ਹੈ ਜਿਹਨੂੰ ਇੰਜੈਕਸ਼ਨ ਕਹਿੰਦੇ ਹਾਂ ਆਪਾਂ, ਉਹ ਵੀ ਕਰਦੇ ਹਾਂ ਆਪਾਂ। ਜੇ ਕਿਤੇ ਬਹੁਤ ਹੀ ਮਾੜੇ ਹਾਲਾਤ ਹੋ ਜਾਣ ਅਤੇ ਅੱਖਾਂ ਖੂਨ ਉਤਰਿਆ ਹੋਵੇ ਤਾਂ ਉਹਦੇ ਓਪਰੇਸ਼ਨ ਵੀ ਇੱਥੇ ਆਪਾਂ ਕਰਦੇ ਹਾਂ। ਉਹ ਤਾਂ ਤੁਹਾਨੂੰ ਸਾਂਝੇ ਕਰ ਰਿਹਾ ਵੀ ਚਿੱਟੇ ਮੋਤੀਆਂ ਤੋਂ ਇਲਾਵਾ ਡਾਕਟਰ ਮੇਜ ਸੁਪਰ ਸਪੈਸ਼ਲਿਟੀ ਆਈ ਦੇ ਸੈਂਟਰ ਲੁਧਿਆਣੇ ਵਿਖੇ ਸਾਡੇ ਹੋਸਪਿਟਲ ਵਿਖੇ ਬਾਕੀ ਆਪਾਂ ਵੀ ਪ੍ਰਬੰਧ ਸਾਰਾ ਸਾਨੂੰ ਹੈਗਾ, ਉਹਦਾ ਇਲਾਜ ਵੀ ਕਰਦੇ ਹਾਂ। ਕਈ ਵਾਰ ਕਈ ਭੋਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ, ਜੋ ਇਲਾਜ ਪੀਜੀਆਈ ਦੇ ਵਿੱਚ ਜਾਂ ਦਿੱਲੀ 'ਚ ਜਾਂ
ਤੇ ਦੇਸ਼ ਹੁੰਦਾ ਉਹ ਇਲਾਜ ਇੱਥੇ ਵੀ ਹੁੰਦਾ ਹੈ। ਸੋ ਸਾਡਾ ਇਹ ਸੁਨੇਹਾ ਦਿਓ, ਸਾਡੇ ਵੀਡੀਓ ਮੈਸੇਜ ਸ਼ੇਅਰ ਕਰੋ, ਕੋਈ ਮੇਰਾ ਲੋੜਵੰਦ ਇਨਸਾਨ ਜਿਹੜਾ ਹੈਗਾ ਜਿਹਨੂੰ ਲੋੜ ਹੋਏਗੀ, ਜੇ ਉਹਨੂੰ ਪਤਾ ਚੱਲ ਜਾਏਗਾ ਉਹ ਸਾਡੇ ਕੋਲ ਆ ਸਕਦਾ। ਈਵਨ ਸ਼ੂਗਰ ਕਰਕੇ ਜਿਹੜੇ ਅੱਖਾਂ ਦੇ ਪਰਦੇ ਨੇ ਮਾੜੇ ਅਸਰ ਹੁੰਦੇ ਨੇ, ਜੇ ਲੇਜ਼ਰ ਹੋਣੀ ਹੋਵੇ ਤਾਂ ਆਯੁਸ਼ਮਾਨ ਕਾਰਡ ਜਿਹੜੇ ਹੈਗੇ ਨੇ ਜਿਹੜੇ ਪਿੰਡਾਂ 'ਚ ਬਣੇ ਹੋਏ ਨੇ ਜਿੱਥੇ 5 ਲੱਖ ਤੱਕ ਆਪਾਂ ਸੇਵਾ ਹੁੰਦੀ ਬੰਦਾ ਇਲਾਜ ਕਰਾ ਸਕਦਾ, ਉਹਦੇ ਵਾਸਤੇ ਹੋਸਪਿਟਲ ਵੀ ਮਾਨਤਾ ਪ੍ਰਾਪਤ ਹੈ, ਉਹ ਵੀ ਲਾਭ ਲੈ ਸਕਦੇ ਹਾਂ। ਪਹਿਲੀ ਗੱਲ ਇਹ ਹੈ ਵੀ ਆਪਾਂ ਤੰਦਰੁਸਤ ਰਹਿਣਾ ਹੈ, ਬਿਮਾਰ ਨਹੀਂ ਹੋਣਾ, ਸ਼ੂਗਰ ਹੋਣ ਨਹੀਂ ਦੇਣੀ, ਜੇ ਹੋਵੇ ਤਾਂ ਧਿਆਨ ਰੱਖਣਾ ਹੈ। ਜੇ ਸ਼ੂਗਰ ਹੋ ਵੀ ਜਾਵੇ ਤੇ ਧਿਆਨ ਰੱਖੇ ਕੋਈ ਪ੍ਰੋਬਲਮ ਨਹੀਂ ਆਉਂਦੀ, ਸ਼ੂਗਰ ਆਪਣੇ ਅੰਦਰ ਕੋਈ ਬਿਮਾਰੀ ਨਹੀਂ ਹੈਗੀ। ਲੇਕਿਨ ਜੇ ਕੰਟਰੋਲ ਨਾ ਰੱਖਾਂਗੇ ਤਾਂ ਸਾਰਿਆਂ ਦੀ ਇਹ ਮਾਂ ਬਿਮਾਰੀ ਵੀ ਹੈਗੀ। ਤੇ ਤੁਸੀਂ ਮੇਰੇ ਪਿਆਰੇ ਪੇਸ਼ੈਂਟਸ, ਮੇਰਾ ਆਪਣਾ ਸਮਾਜ, ਮੈਂ ਬੇਨਤੀ ਕਰਾਂਗਾ ਵੀ ਇਹ ਜਿਹੜੇ ਜ਼ਿੰਦਗੀ ਹੈਗੀ ਹੈ ਇਹਦੀ ਖੁਸ਼ੀਆਂ ਮਾਣੀਏ, ਆਨੰਦ ਕਰੀਏ, ਆਪਣਾ ਅੱਗਾ ਸੁਧਾਰੀਏ। ਲੇਕਿਨ ਬਿਮਾਰ ਹੋ ਕੇ ਆਪਾਂ ਦਵਾਈਆਂ ਵਾਲੇ ਪਾਸੇ ਨਾ ਜਾਈਏ। ਮੇਰੀ ਬੇਨਤੀ ਸੀਗੀ ਸਾਡੇ ਮਿਸ਼ਨ ਪੁਨਰਜੋਤ, ਸਾਡੇ ਕੋਲ ਸ਼ੂਗਰ ਕਰਕੇ ਅੱਖਾਂ ਦੇ ਮਾੜੇ ਅਸਰ ਸਹੂਲਤ ਬਾਰੇ ਤੁਹਾਨੂੰ ਦੱਸਿਆ ਗਿਆ ਹੈਗਾ, ਜੇ ਕਿਸੇ ਨੂੰ ਲਾਭ ਲੈਣਾ ਸਾਡੀ ਤੋਂ ਬੜੀ ਖੁਸ਼ੀ ਨਾਲ ਕਿ ਲਾਭ ਲੈ ਸਕਦਾ ਹੈ। ਫਸਟ ਟਾਈਮ ਜਦੋਂ ਮੈਂ ਇੱਥੇ ਆਈ ਸੀ ਮੈਨੂੰ ਬਹੁਤ ਜ਼ਿਆਦਾ ਔਕਵਰਡ ਜਿਹਾ ਫੀਲ ਹੋ ਰਿਹਾ ਸੀ ਕਿ ਹਾਏ ਪਤਾ ਨਹੀਂ ਵੀ ਕਿਵੇਂ ਮੇਰੀ ਆਈਜ਼ ਵੀ ਠੀਕ ਹੋ ਪਾਣੀ ਹੈ ਕਿ ਨਹੀਂ। ਮੈਨੂੰ ਡਾਕਟਰ ਰਮੇਸ਼ ਜੀ ਹੋਏ ਅਤੇ ਇਹਨਾਂ ਨੇ ਮੈਨੂੰ ਬਹੁਤ ਅੱਛਾ, ਮਤਲਬ ਇਹਨਾਂ ਨਾਲ ਮਿਲ ਕੇ ਮੈਨੂੰ ਇੰਨਾ ਕੋਨਫੀਡੈਂਸ ਆਇਆ ਕਿ ਇਹਨਾਂ ਨੇ ਮੇਰਾ ਲੈਵਲ ਹਾਈ ਕਿਤੇ ਉੱਤੇ ਕਰਤਾ। ਬਹੁਤ ਅੱਛਾ ਫੀਲ ਹੋਇਆ ਜਦੋਂ ਇਹਨਾਂ ਨੇ ਮੇਰਾ ਅਪਰੇਟ ਕੀਤਾ ਅਤੇ ਮੈਨੂੰ ਇੰਨਾ ਕੋਨਫੀਡੈਂਸ ਮਹਿਸੂਸ ਕਰਵਾਇਆ ਵੀ ਮੈਨੂੰ ਅੰਦਰੋਂ ਫੀਲ ਹੋਇਆ ਵੀ ਹਾਂ ਬਾਕੀ ਇਹ ਤਾਂ ਮੇਰੇ ਗੁਰੂ ਨੇ ਇੱਕ ਤਰ੍ਹਾਂ ਦੇ। ਇਹਨਾਂ ਨੇ ਮੈਨੂੰ ਬਿਲਕੁਲ ਵੀ ਓਪਰਾ ਨਹੀਂ ਮਹਿਸੂਸ ਕਰਵਾਇਆ, ਬਹੁਤ ਅੱਛਾ ਮੈਨੂੰ ਲੱਗਿਆ, ਗਾਈਡ ਬਹੁਤ ਅੱਛਾ ਕੀਤਾ, ਕੁਛ ਵੀ ਮੇਰੇ ਨਾਲ ਆਈਸ ਦੇ ਰਿਲੇਟਿਡ ਕੁਛ ਵੀ ਕਰਦੇ ਮੈਨੂੰ ਪਹਿਲਾਂ ਦੱਸਦੇ ਕਿ ਆਏ ਬੇਟਾ ਆਏ ਆਏ, ਮੈਨੂੰ ਬਹੁਤ ਅੱਛਾ ਫੀਲ ਹੋਇਆ। ਥੈਂਕ ਯੂ ਸੋ ਮੱਚ ਸਰ ਵੀ ਤੁਸੀਂ, ਮੇਰੇ ਪਹਿਲਾਂ ਗਲਾਸਿਸ ਲੱਗੇ ਹੋਏ ਸੀ ਪਰ ਹੁਣ ਮੈਨੂੰ ਬੇਸਿਕ ਲੇਜ਼ਰ ਹੋਇਆ ਮੇਰਾ ਬ੍ਰੇਕ ਅਤੇ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ, ਮੈਨੂੰ ਐਂ ਲੱਗ ਰਿਹਾ ਜਿਵੇਂ ਮੈਂ ਆਪ ਹੀ ਲੈਂਸ ਹੀ ਲੈਣ ਮੇਰੇ। ਥੈਂਕ ਯੂ ਸੋ ਮੱਚ ਸਰ ਤੁਹਾਡਾ, ਥੈਂਕ ਯੂ ਸੋ ਮੱਚ, ਗੋਡ ਬਲੈਸ ਯੂ ਸਰ।